ਵਰਗੀ ਜਾਵੇ ਜੱਟ ਦਾ ਕਲੇਜਾ ਠਰਦਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਵੈਸੇ ਤਾਂ ਨਾ ਅਸੀਂ ਤੁਹਾਨੂੰ ਗੂਗਲ ਬਾਲੀਵੁੱਡ ਤੇ ਨਵੇਂ-ਨਵੇਂ ਸੈਲੀਬ੍ਰਿਟੀਜ਼ ਦੇ ਨਾਲ ਮਿਲਾਉਂਦੇ ਰਹਿੰਦੇ ਆ, ਤਾਂ ਪਰ ਇਸ ਵਾਰ ਨਾ ਮੇਰੇ ਨਾਲ ਦੋ ਝੱਲੇ ਮੌਜੂਦ ਨੇ, ਤਾਂ ਆਓ ਆਪਾਂ ਗੱਲ ਕਰਦੇ ਹਾਂ ਝੱਲਿਆਂ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿਵੇਂ ਹੋ, ਕਿਉਂਕਿ ਪ੍ਰੋਮੋਸ਼ਨਲ ਦੇ ਜਿਹੜੇ ਹੈਗੇ ਆ ਵੱਟ ਕੱਢੇ ਪਏ ਨੇ ਵੱਖ-ਵੱਖ ਜਗ੍ਹਾਵਾਂ ਤੇ ਜਾ ਕੇ, ਥੱਕ ਥੁੱਕ ਤਾਂ ਨਹੀਂ ਗਏ? ਪੂਰਾ ਫਿੱਟ ਹੈ ਜੀ, ਪੂਰੀ એનર્ਜੀ ਲੈਵਲ ਪੂਰਾ ਬੂਸਟ ਅਪ ਹੋਇਆ ਸੀ, ਪੂਰੀ એનર્ਜੀ ਹੈ ਇਸ ਵੇਲੇ, ਕਿਉਂਕਿ ਸਾਰੇ ਜਾਣੇ ਜਿੱਥੇ ਵੀ ਸਾਡੇ ਭੈਣ ਭਰਾ ਹੈਗੇ ਨੇ ਜਿਹੜੇ ਵੀ ਫਿਲਮ ਦੇਖਣਾ ਚਾਹੁੰਦੇ ਨੇ, ਉਹਨਾਂ ਸਾਰਿਆਂ ਦਾ ਇੰਨਾ ਪਿਆਰ ਮਿਲਿਆ, ਟੀਜ਼ਰ ਦੇਖ ਕੇ, ਟ੍ਰੇਲਰ ਦੇਖ ਕੇ, ਗਾਣਿਆਂ ਨੂੰ ਇੰਨਾ ਪਿਆਰ ਦਿੱਤਾ, ਤਾਂ ਪੂਰੀ એનર્ਜੀ ਹੈ ਇਸ ਵੇਲੇ ਜੀ। ਮਜ਼ਾ ਹੀ ਜੀ, ਐਕਸਾਈਟਮੈਂਟ ਹੈ, ਅਤੇ ਹੁਣ ਐਕਸਾਈਟਮੈਂਟ ਵੇਲੇ એનર્ਜੀ ਡਾਊਨ ਨਹੀਂ ਹੁੰਦੀ, ਆਪਾਂ ਲੱਗੇ ਹੋਏ ਹਾਂ, ਆਪਾਂ ਆਪਣਾ 100% ਦਾਂਗੇ, ਬਾਕੀ ਦੇਖਦੇ ਹਾਂ। ਐਂ ਦੀ ਫੀਲਿੰਗ ਨਹੀਂ ਆ ਰਹੀ ਵੀ ਪੇਪਰ ਦੇ ਕੇ ਆ ਗਏ, ਹੁਣ ਕੱਲ੍ਹ ਨੂੰ ਰਿਜ਼ਲਟ ਆਉਣ ਵਾਲਾ, ਮਤਲਬ ਕੁਛ? ਪਹਿਲਾਂ ਐਕਚੁਅਲੀ ਮੈਂ ਦੱਸਾਂ, ਮੈਨੂੰ ਪਹਿਲਾਂ ਲੱਗਦਾ ਸੀ ਕਿ ਮੈਨੂੰ ਪੇਪਰ ਦੇਣ ਵਾਲੀ, ਪਰ ਅੱਜ ਮੈਨੂੰ ਫੀਲ ਹੋ ਰਿਹਾ ਕਿ ਮੈਨੂੰ ਕੁਛ ਫੀਲ ਨਹੀਂ ਹੋ ਰਿਹਾ। ਤੁਹਾਨੂੰ ਫੀਲਿੰਗ ਪਤਾ, ਜਦੋਂ ਕੁਛ ਫੀਲ ਹੀ ਨਹੀਂ ਹੁੰਦਾ, ਸਮਝ ਨਹੀਂ ਆਉਂਦਾ ਕੀ ਹੋ ਰਿਹਾ, ਕੱਲ੍ਹ ਕੀ ਹੋਣਾ, ਕੀ ਵਾਟ ਵੀ ਝੱਲਿਆਂ ਵਾਲੀ ਫੀਲਿੰਗ। ਦੇਖੋ ਮੇਰੇ 'ਤੇ ਵੀ ਅਸਰ ਹੋ ਗਿਆ ਵੀ ਮੈਂ ਨਾ ਸ਼ੂਜ਼ ਮੇਕ ਟੌਪ 'ਤੇ ਲਾਈ ਫਿਰਦੀ ਹਾਂ। ਅਸਰ ਹੋ ਗਿਆ ਮੇਰੇ 'ਤੇ ਟ੍ਰੇਲਰ ਦੇਖ ਕੇ, ਅਤੇ ਟ੍ਰੇਲਰ ਨੂੰ ਦੇਖ ਕੇ ਨਾ ਜਿਹੜਾ ਕਰੈਕਟਰ ਮੈਨੂੰ ਲੱਗਾ, ਕਰੈਕਟਰ ਜਿਹੜਾ ਅੱਜ ਤੱਕ ਦਾ ਥੋੜ੍ਹਾ ਸਭ ਤੋਂ ਡਿਫਰੈਂਟ ਹੈ, ਅਤੇ ਕਿੰਨਾ ਕੁ ਔਖਾ ਰਿਹਾ ਸਕ੍ਰਿਪਟ ਨੂੰ ਸਕਰੀਨ 'ਤੇ ਲੈ ਕੇ ਆਉਣਾ ਦੋਨਾਂ ਲਈ? ਬੜਾ ਔਖਾ ਸੀਗਾ ਜੀ ਆਪਣੇ ਆਪ, ਕਿਉਂਕਿ ਕਰੈਕਟਰ ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਵਾਲੇ ਕਰੈਕਟਰ ਪਿੱਕ ਕਰਦੇ ਹੋ, ਉੱਦਾਂ ਕਿਸੇ ਦਾ ਅੰਦਾਜ਼ੇ ਬਿਆਨ, ਕਿਸੇ ਦਾ ਬੋਡੀ ਲੈਂਗੁਏਜ ਚੱਕ ਲੈਂਦੇ ਹੋ ਨਾ, ਤਾਂ ਉੱਦਾਂ ਕਰੈਕਟਰ, ਪਰ ਇਹ ਕਰੈਕਟਰ ਬਿਲਕੁਲ ਡਿਫਰੈਂਟ ਸੀਗਾ, ਹੁਣ ਤੱਕ ਕੀਤਾ ਨਹੀਂ ਸੀਗਾ, ਵਿੱਚ ਵਿੱਚ ਦੀ ਕਮਲੀਆਂ ਮਾਰਨੀਆਂ, ਵਿੱਚ ਵਿੱਚ ਦੀ ਸਿਆਣੀਆਂ ਮਾਰਨੀਆਂ, ਹੈ ਨਾ, ਤਾਂ ਇਹ ਕਰਨਾ ਥੋੜ੍ਹਾ ਜਿਹਾ ਔਖਾ ਸੀਗਾ, ਡਿਫੀਕਲਟ ਸੀਗਾ ਸਾਡੇ ਦੋਨਾਂ ਵਾਸਤੇ, ਪਰ ਮੈਂ ਇਹਨਾਂ ਨੂੰ ਉੱਦਾਂ ਕਹਿੰਦਾ ਰਹਿੰਦਾ ਉਹਨਾਂ ਵੀ ਇਹ ਚੱਲੀਏ, ਉੱਦਾਂ ਚੱਲ ਬੜਾ ਖਲੇਰਦੇ ਨੇ, ਪਰ ਕਰੈਕਟਰ ਕਰਨ ਵੇਲੇ ਤਾਂ ਮਿਹਨਤ ਲੱਗਦੀ ਹੋਈ ਹੈ ਜੀ, ਉਹਨੂੰ ਪੂਰਾ ਕੈਰੀ ਕਰਨਾ, ਉਹ 35 ਦਿਨ ਦੇ ਵਿੱਚ ਉਹਨੂੰ ਨਾਲ ਕੈਰੀ ਕਰਕੇ ਲੈ ਕੇ ਜਾਣਾ, ਫਸਟ ਸੀਨ ਤੋਂ ਲੈ ਕੇ ਲਾਸਟ ਸੀਨ ਤੱਕ, ਉਹ ਡਿਫੀਕਲਟ ਹੁੰਦਾ ਹੀ ਹੈ ਜੀ। ਕੋਈ ਸਪੈਸ਼ਲ ਤਿਆਰੀ ਰਹੀ ਜਾਂ ਫਿਰ ਕੋਈ ਕੁਛ ਡਿਫੀਕਲਟ ਲੱਗਾ ਹੋਵੇ ਜਾਂ ਫਿਰ ਕੁਛ ਅਲੱਗ ਲੱਗਾ ਹੋਵੇ? ਦੇਖੋ ਜੀ, ਤਿਆਰੀ ਤਾਂ ਬਹੁਤ ਕਰਨੀ ਪੈਂਦੀ ਹੈ ਜਦੋਂ ਤੁਸੀਂ ਕੋਈ ਡਿਫਰੈਂਟ ਕੈਰੈਕਟਰ ਕਰਨਾ ਹੁੰਦਾ, ਤੁਹਾਨੂੰ ਜਿਵੇਂ ਬੀਨੂ ਜੀ ਨੇ ਕਿਹਾ ਹੈ ਨਾ ਕਿ ਉਹਦੀ ਇੱਕ ਡਿਫਰੈਂਟ ਬੋਡੀ ਲੈਂਗੁਏਜ ਹੁੰਦੀ ਹੈ, ਉਹਦੀ ਲੁੱਕ ਡਿਫਰੈਂਟ ਹੁੰਦੀ ਹੈ, ਤੁਹਾਨੂੰ ਹੁੰਦਾ ਕਿ ਲੋਕ ਦੇਖਦੇ ਹੀ ਤੁਹਾਨੂੰ ਕਹਿਣ ਕਿ ਹਾਂ ਯਾਰ ਆ ਲੱਗਦਾ ਹੈ ਚੱਲਾ, ਹਾਂ ਯਾਰ ਆ ਲੱਗਦੀ ਹੈ ਚੱਲੀ, ਹੈ ਨਾ, ਉੱਥੇ ਤੁਹਾਡਾ ਪਹਿਲਾ ਪੜਾਵ ਪਾਸ ਹੋ ਜਾਂਦਾ, ਫਿਰ ਉਹਦੀ ਕਿਸ ਤਰ੍ਹਾਂ ਉਹ ਬੋਲਣਗੇ, ਉਹ ਸਾਰਾ ਕੰਮ ਬਹੁਤ ਕੰਮ ਕਰਨਾ ਪੈਂਦਾ, ਚੈਲੇਂਜਿੰਗ ਤਾਂ ਹਰ ਸਟੈਪ 'ਤੇ ਹੁੰਦਾ ਜੀ, ਪਰ ਹੌਲੀ ਹੌਲੀ ਜਦੋਂ 5-10 ਦਿਨ ਹੋ ਜਾਂਦੇ ਆ, ਦੈਨ ਯੂ ਗੈਟ ਇਨ ਟੂ ਦਾ ਗਰੂਵ, ਫਿਰ ਤੁਹਾਡਾ ਇੱਕ ਸੁਰ ਲੱਗ ਜਾਏ, ਫਿਰ ਥੋੜ੍ਹਾ ਜਿਹਾ ਆਸਾਨ ਹੋ ਜਾਂਦਾ। ਜੇ ਮੈਂ ਤੁਹਾਡੀ ਲੁੱਕਸ ਦੀ ਗੱਲ ਕਰਾਂ ਨਾ, ਬਹੁਤ ਡਿਫਰੈਂਟ ਇੱਦਾਂ ਦੀ ਲੁੱਕ 'ਚ ਮੈਂ ਤੁਹਾਨੂੰ ਪਹਿਲਾਂ ਨਹੀਂ ਵੇਖਿਆ, ਚਾਹੇ ਉਹ ਡਰੈਸਿੰਗ ਦੀ ਗੱਲ ਹੋਵੇ, ਹੇਅਰ ਸਟਾਈਲ ਦੀ ਗੱਲ ਹੋਵੇ ਸਪੈਸ਼ਲੀ, ਅਤੇ ਤੁਹਾਨੂੰ ਆਪਣੀ ਲੁੱਕ ਦੇ ਵਿੱਚ ਜਿਹੜੀ ਆ ਬਹੁਤ ਚੰਗੀ ਚੀਜ਼ ਕਿਹੜੀ ਲੱਗੀ, ਕਿਹੜੀ ਚੀਜ਼ ਐਂ ਲੱਗਾ ਵੀ ਯਾਰ ਇਹ ਮੈਂ ਕਰਨਾ ਨਹੀਂ ਸੀ ਚਾਹੁੰਦੀ? ਨਹੀਂ ਨਹੀਂ ਜੀ, ਆਪਾਂ ਲੁੱਕ ਵਾਈਜ਼ ਹਰ ਚੀਜ਼ ਪਹਿਲਾਂ ਤੋਂ ਹੀ ਡਿਸਾਈਡ ਕੀਤੀ ਸੀ, ਆਪਾਂ ਬਹੁਤ ਬਥੇਰੇ ਲੁੱਕ ਟੈਸਟ ਕੀਤੇ, ਤਾਂ ਫਿਰ ਵੀ ਫਿਕਸਡ ਔਨ ਟੂ ਦਿਸ ਲੁੱਕ, ਤਾਂ ਦੇਰ ਇਜ਼ ਨਥਿੰਗ ਦੈਟ ਆਈ ਵੁੱਡ ਲਾਈਕ ਟੂ ਚੇਂਜ ਅਬਾਊਟ ਇਟ। ਵਧੀਆ ਕਿਹੜੀ ਚੀਜ਼ ਲੱਗੀ? ਮੈਨੂੰ ਸਭ ਕੁਛ ਹੀ ਜੀ, ਜਦੋਂ ਤੁਸੀਂ ਕੋਈ ਵੀ ਇੱਕ ਚੀਜ਼ ਮੈਂ ਉਹਦੇ 'ਚੋਂ ਕੱਟਦਾ ਨਾ ਕਿ ਨੀਲੀਆਂ ਅੱਖਾਂ ਮੈਂ ਕੱਢਦਾ, ਤਾਂ ਮੈਨੂੰ ਲੱਗਦਾ ਕਿ ਕੁਛ ਫਿੱਕਾ ਰਹਿ ਜੂਗਾ, ਉਹਦਾ ਲਿਪਸਟਿਕ ਦਾ ਸ਼ੇਡ ਵੀ ਚੇਂਜ ਕਰਦਾ, ਮੈਨੂੰ ਲੱਗਦਾ ਡਿਫਰੈਂਟ ਕੁਛ ਵੱਖ ਰਹਿ ਜੂਗਾ, ਤਾਂ ਐਵਰੀਥਿੰਗ ਇਜ਼ ਪਰਫੈਕਟ। ਮੈਨੂੰ ਤੁਸੀਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਨਾ ਤੁਸੀਂ ਦੋਵਾਂ ਨੇ, ਅਤੇ ਜੇ ਮੈਂ ਗੱਲ ਕਰਾਂ ਇਸ ਫਿਲਮ ਦੀ, ਡਿਫਰੈਂਟ ਕੰਸੈਪਟ ਲੈ ਕੇ ਆਈ ਆ ਪੰਜਾਬੀ ਸਿਨੇਮਾ 'ਚ, ਮੈਨੂੰ ਲੱਗਦਾ ਆਹ ਜਿਹੜਾ ਕੰਸੈਪਟ ਹੈ ਕਿਸੇ ਨੇ ਛੇੜਿਆ ਨਹੀਂ, ਕਿੰਨਾ ਕੁ ਲੱਕੀ ਫੀਲ ਕਰ ਰਹੇ ਹੋ ਆਪਣੇ ਆਪ ਨੂੰ ਕਿ ਤੁਹਾਡੇ ਜ਼ਰੀਏ ਇਹ ਕੰਸੈਪਟ ਪੰਜਾਬੀ ਸਿਨੇਮਾ 'ਚ ਆ ਰਿਹਾ। ਬਲੈਸਡ ਹਾਂ ਜੀ, ਅਸੀਂ ਬਲੈਸਡ ਹਾਂ, ਕਿਉਂਕਿ ਕਿਸੇ ਦੇ ਹਿੱਸੇ ਕੋਈ ਕੰਟੈਂਟ ਡਿਲੀਵਰ ਕਰਨਾ ਆਉਂਦਾ ਹੁੰਦਾ, ਤਾਂ ਇੱਦਾਂ ਦੀਆਂ ਜਿਹੜੀਆਂ ਖੂਬਸੂਰਤ ਫਿਲਮਾਂ, ਅਸੀਂ ਇਸ ਇੰਡਸਟਰੀ ਦਾ ਪਾਰਟ ਹਾਂ ਜੀ, ਆਪਣੇ ਹਿੱਸੇ ਵਧੀਆ ਕੰਮ ਆਉਣਾ ਜ਼ਿੰਦਗੀ ਦੇ ਵਿੱਚ, ਸਲਾਘਾ ਜੋ ਕੰਮ ਆਉਣਾ ਉਹ ਬਹੁਤ ਭਾਗਾਂ ਵਾਲਿਆਂ ਦੇ ਹੈ ਨਾ, ਭਾਗਾਂ 'ਚ ਆਉਂਦਾ ਜੀ, ਤਾਂ ਅਸੀਂ ਬਲੈਸਡ ਹੈਗੇ ਹਾਂ, ਕੋਈ ਵੱਖਰੀ ਕੰਟੈਂਟ, ਵੱਖਰਾ ਕੰਸੈਪਟ ਸਾਡੇ ਹਿੱਸੇ ਆਇਆ ਜੀ, ਔਰ ਜਦੋਂ ਸਾਡੇ ਡਾਇਰੈਕਟਰ ਨੇ ਸੁਣਾਇਆ ਸੀ, ਅਸੀਂ ਉਹਦੀ ਡਿਸਾਈਡ ਕਰ ਲਿਆ ਸੀ ਵੀ ਇਹ ਵੱਖਰੀ ਚੀਜ਼ ਲੱਗ ਰਹੀ ਹੈ ਤਾਂ ਕਰਨੇ ਕਰਨਾ, ਔਰ ਆਪਣੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਕਰਨਾ ਜੀ। ਅਤੇ ਜਦੋਂ ਟ੍ਰੇਲਰ ਨੂੰ ਵੇਖਿਆ ਇਸ ਕਰੈਕਟਰ ਨੂੰ ਨਿਭਾਉਂਦੇ ਹੋਏ, ਅਤੇ ਰਵੀ ਦਾ ਕੀ ਰਿਐਕਸ਼ਨ ਸੀ ਸਰਗੁਣ, ਬਿਕੋਜ਼ ਤੁਸੀਂ ਦੋਨੋਂ ਆਪਸ 'ਚ ਸਪੋਰਟਿਵ ਰਹਿੰਦੇ ਇੱਕ ਦੂਜੇ ਨੂੰ ਲੈ ਕੇ, ਅਤੇ ਰਿਐਕਸ਼ਨ ਫਿਰ ਉਹਨਾਂ ਨੇ ਕੀ ਦਿੱਤਾ ਸੀ ਪਹਿਲਾ ਰਿਐਕਸ਼ਨ ਜੋ ਟ੍ਰੇਲਰ ਵੇਖਿਆ? ਉਹਨਾਂ ਨੂੰ ਤਾਂ ਜੀ ਬਹੁਤ ਵਧੀਆ ਲੱਗਿਆ, ਉਹਨਾਂ ਨੇ ਕਿਹਾ ਤੁਸੀਂ ਆਹ ਕਰਨ ਜਾ ਰਹੇ ਹੋ ਪੰਜਾਬੀ ਫਿਲਮਾਂ 'ਚ, ਹੈ ਨਾ, ਕਿ ਉਹਨਾਂ ਨੂੰ ਵੀ ਬਹੁਤ ਨਵਾਂ ਲੱਗਿਆ ਹੈ ਕਿ ਉਹਨਾਂ ਨੇ ਮੇਰੀਆਂ ਤਾਂ ਸਾਰੀਆਂ ਫਿਲਮਾਂ ਦੇਖੀਆਂ, ਹੈ ਨਾ, ਤਾਂ ਉਹਨਾਂ ਨੂੰ ਵੀ ਲੱਗਿਆ ਕਿ ਆਪਾਂ ਕੁਛ ਡਿਫਰੈਂਟ ਕੀਤਾ, ਐਂਡ ਹੀ ਇਜ਼ ਆਲਸੋ ਵੈਰੀ ਐਕਸਾਈਟਡ ਟੂ ਸੀ ਟੁਮੋਰੋ। ਅਤੇ ਜੇ ਮੈਂ ਗੱਲ ਕਰਾਂ ਡਾਇਲੋਗ ਦੀ, ਡਾਇਲੋਗ ਤੁਹਾਡੇ ਜਿਹੜੇ ਨਾ ਬੜੇ ਜ਼ਿਆਦਾ ਵਾਇਰਲ ਹੋ ਰਹੇ ਨੇ, ਲਾਈਕ ਮੁੱਛਾਂ ਥੱਲੇ ਕਰ, ਮੈਂ ਕਹਿੰਦੀ ਇੱਕ ਡਾਇਲੋਗ ਹੋ ਜਾਏ, ਮਾਈਕ ਥੱਲੇ ਕਰ, ਮਾਈਕ ਥੱਲੇ ਕਰ, ਤੁਸੀਂ ਪਹਿਲਾਂ ਇੰਟਰਵਿਊ ਪੂਰੀ
ਹਾਂਜੀ ਮੇਰਾ ਤਾਂ ਉਹੀ ਸੀਗਾ, ਕਹਿੰਦਾ ਮੈਨੂੰ ਕਹਿੰਦਾ ਸਾਬੂ ਦੇ ਮੋਢਿਆਂ 'ਤੇ ਕਹਿੰਦਾ ਤੇਜ਼ੀ ਲੱਗ ਰਿਹਾ ਸੀ, ਕਹਿੰਦਾ ਤੇਜ਼ੀ ਸੀ। ਅੱਛਾ ਇਹਦਾ ਮਤਲਬ ਤੇਜ਼ੀ ਤਰੀ ਬਣਾਤੀ ਉਹਨਾਂ ਨੇ? ਕਹਿੰਦਾ ਹਾਂ ਆਓ ਬਲੂੰਗੜਾ ਸੀ, ਕਹਿੰਦਾ ਸੁੱਕੀ ਸਬਜ਼ੀ ਬਣਨੀ ਵੀ ਕਿੰਨੀ ਸੀ। ਤੇ ਜਿਵੇਂ ਗੱਲ ਕਰਾਂ ਨਾ ਟਿਕਟੋਕ 'ਤੇ ਜਾਂ ਫਿਰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਅਤੇ ਤੁਸੀਂ ਡਾਂਸ ਸਟੈਪਸ ਵੀ ਸਿਖਾਏ ਆ, ਅਤੇ ਉਹਦੇ ਬਾਰੇ ਕੀ ਕਹਿਣਾ ਹੈ ਆਪਣੇ ਫੈਨਸ ਨੂੰ ਜਾਂ ਫਿਰ ਕੁਛ ਸਿਖਾਉਣਾ ਚਾਹੋਗੇ? ਹੁਣ ਕੁਛ ਚੀਜ਼ ਰਹਿ ਗਈ ਹੋਵੇ ਤਾਂ ਸਿਖਾਉਣ ਵਾਲੀ? ਅਸੀਂ ਤਾਂ ਸਭ ਕੁਛ ਸਿਖਾ ਦਿੱਤਾ ਸੀ ਜਿਹੜਾ ਸਿਖਾ ਸਕਦੇ ਸੀ, ਹੁਣ ਤੁਹਾਡੀ ਵਾਰੀ ਆ। ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਕੁਛ ਨਵਾਂ ਲੈ ਕੇ ਆ, ਹੁਣ ਆਪਾਂ ਲੈ ਕੇ ਆਏ ਹਾਂ, ਅਤੇ ਹੁਣ ਤੁਹਾਡਾ ਇੱਕੋ ਹੀ ਫਰਜ਼ ਬਣਦਾ ਜੀ ਕਿ ਹੁਣੇ ਬੁੱਕ ਮਾਈ ਸ਼ੋਅ 'ਤੇ ਜਾਓ, ਐਡਵਾਂਸ ਬੁਕਿੰਗ ਹੋ ਗਈ ਹੈ ਓਪਨ, ਆਪਣੇ ਆਪਣੀਆਂ ਟਿਕਟਾਂ ਰਾਖਵੀਂ ਕਰਾਓ, ਅਤੇ ਸਾਡਾ ਕਹਿ ਲਓ ਤੁਸੀਂ ਮੇਰੀ ਕ੍ਰਿਸਮਸ ਦਾ, ਨਿਊ ਈਅਰ ਦਾ, ਹੋਲੀ ਦਾ, ਦਿਵਾਲੀ ਦਾ, ਸਾਰਿਆਂ ਦਾ ਸ਼ਗਨ ਪੈ ਗਿਆ। ਮੇਰਾ ਕੁਸ਼ਚਨ ਨਾ ਲਾਸਟ ਤੁਹਾਡੇ ਦੋਵਾਂ ਕੋਲੋਂ ਹੈ ਵੀ ਹੈ ਨਾ, ਬਹੁਤ ਸਾਰੀਆਂ ਇੰਟਰਵਿਊਜ਼ ਹੋ ਗਈਆਂ, ਲਾਈਕ ਪਹਿਲਾਂ ਵੀ ਬਹੁਤ ਸਾਰੀਆਂ ਹੋਈਆਂ ਹੋਣੇ, ਅਤੇ ਐਂ ਲੱਗਾ ਵੀ ਯਾਰ ਇਹ ਕੁਸ਼ਚਨ ਕੋਈ ਪੁੱਛ ਲਵੇ, ਕੋਈ ਇੱਦਾਂ ਦਾ ਕੁਸ਼ਚਨ ਹੈਗਾ ਵੀ ਉਹ ਪੁੱਛਿਆ ਨਹੀਂ ਗਿਆ ਜਿਹੜਾ ਤੁਸੀਂ ਚਾਹੁੰਦੇ ਸੀ ਪੁੱਛਣ? ਨਹੀਂ ਬਿਲਕੁਲ ਨਹੀਂ ਲੱਗਦਾ ਜੀ, ਕਿਉਂਕਿ ਫਿਲਮ ਬਾਰੇ ਗੱਲਾਂ ਕਰਨੀਆਂ ਹੁੰਦੀਆਂ ਨੇ, ਆਪਾਂ ਫਿਲਮ ਬਾਰੇ ਦੱਸਣ ਵਾਸਤੇ ਆਏ ਹਾਂ, ਪਰਸਨਲ ਲਾਈਫ ਵਾਸਤੇ ਇਹ ਇੰਟਰਵਿਊ ਨਹੀਂ ਹੋ ਰਹੀ, ਇਸ ਕਰਕੇ ਫਿਲਮ ਦੇ ਦੁਆਲੇ ਘੁੰਮਦੀਆਂ ਗੱਲਾਂ ਹਮੇਸ਼ਾ ਹੀ ਵਧੀਆ ਲੱਗਦੀਆਂ ਨੇ, ਔਰ ਫਿਲਮ ਬਾਰੇ ਅਸੀਂ ਸਾਰਾ ਕੁਝ ਆਲਮੋਸਟ ਦੱਸ ਹੀ ਚੁੱਕੇ ਹਾਂ, ਸਾਰੀਆਂ ਇੰਟਰਵਿਊਜ਼ ਦੇ ਵਿੱਚ ਵੱਖਰਾ ਕੰਟੈਂਟ ਹੈ, ਵੱਖਰਾ ਕਨਸੈਪਟ ਹੈ, ਔਰ ਤੁਸੀਂ ਵੀ ਇਹ ਕਹਿ ਰਹੇ ਹੋ, ਔਰ ਜਿੰਨੇ ਯੂਟਿਊਬ ਦੇ ਥੱਲੇ ਕਮੈਂਟਸ ਆਉਂਦੇ ਨੇ ਉਹਦੇ ਵਿੱਚ ਵੀ ਐਂ ਕਹਿ ਰਹੇ ਕੁਝ ਵੱਖਰਾ ਦੇਖਣ ਨੂੰ ਮਿਲੂਗਾ, ਐਕਸਪੈਰੀਮੈਂਟ ਕੀਤਾ ਗਿਆ ਪੰਜਾਬੀ ਇੰਡਸਟਰੀ ਦੇ ਵਿੱਚ, ਡੈਫੀਨੇਟਲੀ ਅਸੀਂ ਕੀਤਾ ਜੀ, ਔਰ ਮੈਨੂੰ ਲੱਗਦਾ ਅਸੀਂ ਕਾਮਯਾਬ ਹੋਏ ਹਾਂ। ਬਾਕੀ ਕੱਲ੍ਹ ਨੂੰ ਸਵੇਰੇ ਲੱਗਣੀ ਹੈ ਜੀ, ਜਾ ਕੇ ਬੁੱਕ ਮਾਈ ਸ਼ੋਅ 'ਤੇ ਜਿੱਦਾਂ ਸਰਗੁਣ ਜੀ ਨੇ ਦੱਸਿਆ ਓਪਨ ਹੋ ਚੁੱਕਿਆ ਜੀ, ਜਾ ਕੇ ਤੁਸੀਂ ਐਡਵਾਂਸ ਬੁਕਿੰਗ ਕਰਵਾਓ ਅਤੇ ਜਾ ਕੇ ਦੇਖ ਕੇ ਆਓ, ਤੁਹਾਨੂੰ ਵਧੀਆ ਲੱਗੂਗੀ। ਜੇ ਵਧੀਆ ਲੱਗੀ ਸਪਰੈਡ ਜ਼ਰੂਰ ਕਰਿਓ, ਸਾਰਿਆਂ ਨੂੰ ਦੱਸਿਓ ਜੀ। ਤੁਹਾਨੂੰ ਨਹੀਂ ਲੱਗਦਾ ਤੁਸੀਂ ਪੰਜਾਬੀ ਸਿਨੇਮਾ ਦੇ ਅਕਸ਼ੈ ਕੁਮਾਰ ਬਣਦੇ ਜਾ ਰਹੇ ਹੋ? ਫਿਲਮ 'ਤੇ ਫਿਲਮ, ਫਿਲਮ 'ਤੇ ਫਿਲਮ। ਅਕਸ਼ੈ ਕੁਮਾਰ ਜੀ ਕਿੱਦਾਂ ਬਾਬਾ ਜੀ? ਇੱਧਰ ਸਰਗੁਣ ਮਹਿਤਾ ਤੋਂ ਵੀ ਪੁੱਛ ਲਓ, ਅਕਸ਼ੈ ਕੁਮਾਰ ਕਿਹੜੇ? ਨਹੀਂ ਜੀ ਮੈਨੂੰ ਇੱਦਾਂ ਨਹੀਂ ਲੱਗਦਾ, ਕਿਉਂ ਤੁਸੀਂ ਮੇਰਾ ਮਤਲਬ ਮੈਨੂੰ ਨਹੀਂ ਉਹ ਵਿਚਾਰੇ ਪਤਾ ਨਹੀਂ ਜੀ, ਫਿਲਮਾਂ ਜਿਹੜੀਆਂ ਨੇ ਉਹ ਜ਼ਿਆਦਾ ਲੈ ਕੇ ਆਉਂਦੇ ਨੇ ਬਾਲੀਵੁੱਡ 'ਚ, ਉਹਨਾਂ ਨੂੰ ਜਾਣਿਆ ਜਾਂਦਾ ਵੀ ਬਹੁਤ ਫਿਲਮਾਂ ਲੈ ਕੇ ਆਉਂਦੇ, ਅਤੇ ਮੈਂ ਤੁਹਾਨੂੰ ਬਹੁਤ ਮਿਲਦੀ ਹਾਂ। ਪਰ ਇਹ ਜ਼ਿਆਦਾ ਤਾਂ ਨਹੀਂ ਕਰਦੇ, ਇਹ ਤਾਂ 3 ਕੁ ਫਿਲਮਾਂ ਮਸਾਂ ਕਰਦੇ ਸਾਲ ਦੇ ਮੈਕਸਿਮਮ। ਇਸ ਵਾਰੀ ਬਾਈ ਚਾਂਸ 4, ਐਕਚੁਅਲੀ ਹਰ ਸਾਲ ਪਿਛਲੇ 4 ਸਾਲਾਂ ਤੋਂ ਇੱਕ ਇੱਕ ਫਿਲਮ, ਪਿਛਲੇ ਸਾਲ ਵੀ ਇੱਕੋ ਹੀ ਫਿਲਮ ਸੀ ਮੇਰੀ ਕਿਸਮਤ। ਇਸ ਵਾਰੀ ਮੇਰੇ ਮੈਨੇਜਰ ਨਹੀਂ ਪੁੱਛ ਰਹੇ, ਪਿਛਲੇ ਸਾਲ ਵੀ ਮੇਰੀ ਇੱਕੋ ਫਿਲਮ ਸੀ ਨਾ, ਮੈਂ ਕਿਹਾ ਮੈਂ ਡਾਇਰੀ ਕੱਢ ਕੇ ਦੱਸਦਾ ਵੀ ਤੁਸੀਂ ਕਿੰਨੀਆਂ ਕੀਤੀਆਂ ਨੇ। ਨਹੀਂ ਪਿਛਲੇ 4 ਸਾਲਾਂ 'ਚ ਮੈਂ ਇੱਕ ਫਿਲਮ ਕੀਤੀ, ਇੱਕ ਸਾਲ 2 ਕੀਤੀਆਂ ਸੀ। ਆਹ ਪਹਿਲਾ ਸਾਲ ਹੈ ਜਿਸ 'ਚ ਮੈਂ 4 ਫਿਲਮਾਂ ਕਰ ਲਈਆਂ, ਮੈਂ ਤਾਂ ਆਪ ਸੋਚ ਰਹੀ ਮੈਂ ਕਿਵੇਂ ਕਰ ਲਈਆਂ। ਕੰਗ੍ਰੈਚੁਲੇਸ਼ਨ, ਬਹੁਤ ਵਧੀਆ ਗੱਲ ਹੈ, ਅਤੇ ਹੋਰ ਫਿਲਮਾਂ ਵੀ ਕਰਦੇ ਰਹੋ, ਅਤੇ ਲਾਸਟ 'ਤੇ ਆਪਣੇ ਫੈਨਸ ਲਈ ਤੁਸੀਂ ਕਿਵੇਂ ਅਪੀਲ ਕਰਨਾ ਚਾਹੋਗੇ? ਗੇਮ ਖੇਲ ਰਹੇ ਸੀ ਤੁਸੀਂ ਨਾ ਇੱਕੋ ਬੱਚਿਆਂ ਵਾਲੀ, ਉਹ ਹੁਣ ਕੀ ਕਰਾਂਗੇ? ਜਾਵੇ ਜੱਟ ਦਾ ਕਲੇਜਾ ਠਰਦਾ। ਬਿਲਕੁਲ ਜੀ, ਜਾ ਕੇ ਦੇਖ ਕੇ ਆਓ, ਆਪਣੀ ਸਿਹਤ ਦਾ ਧਿਆਨ ਰੱਖੋ ਬਸ, ਮੈਂ ਤਾਂ ਇਹੀ ਕਹੂੰਗਾ। ਕੱਲ੍ਹ ਨੂੰ ਜਾ ਕੇ ਫਟਾਫਟ ਫਿਲਮ ਦੇਖ ਕੇ ਸਾਨੂੰ ਦੱਸੋ ਤੁਹਾਡੇ ਰਿਵਿਊ ਦੀ ਵੇਟ ਰਹੂਗੀ, ਤੁਹਾਡੇ ਜਿਹੜੇ ਕਮੈਂਟਸ ਦੀ ਵੇਟ ਰਹੂਗੀ ਵੀ ਤੁਸੀਂ ਕਿੱਦਾਂ ਦੀ ਲੱਗੀ ਤੁਹਾਨੂੰ ਫਿਲਮ, ਅਸੀਂ ਉਹ ਸਪਰੈਡ ਕਰਾਂਗੇ। ਫਿਰ ਜਿਉਂਦੇ ਰਹੋ, ਗੋਡ ਬਲੈਸ ਯੂ। ਥੈਂਕ ਯੂ ਜੀ, ਥੈਂਕ ਯੂ। ਐਡਵਾਂਸ ਬੁਕਿੰਗ ਓਪਨ ਹੋ ਗਈ, ਬੁੱਕ ਮਾਈ ਸ਼ੋਅ 'ਤੇ ਜਾਓ, ਟਿਕਟ ਬੁੱਕ ਕਰ। ਥੈਂਕ ਯੂ ਸੋ ਮਚ।